ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆਰ, ਕਾਫੀ ਵੀ ਡਾਕਟਰ ਹੈਲਥ ਕੇਅਰ ਸ਼ੋਅ ਵੀ ਸਾਡੇ ਸਾਰੇ ਦੇਸ਼ ਅਤੇ ਵਿਦੇਸ਼ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਸਾਡੇ ਅੱਜ ਦੇ ਜਿਹੜੇ ਗੈਸਟ ਚੈੱਕ ਇਨ ਹੋਏ ਗਏ ਨੇ ਰਘੂਨਾਥ ਹੋਸਪਿਟਲ ਤੋਂ ਜੁਪਿੰਦਰ ਕੌਰ ਜੀ, ਜੋ ਕਿ ਤਕਰੀਬਨ 1 ਸਾਲ ਤੋਂ ਬਲੱਡ ਬੈਂਕ ਦੀ ਸਰਵਿਸ ਕਰਦੇ ਆ ਰਹੇ ਨੇ। ਇਹਨਾਂ ਦਾ ਉੱਥੇ ਕੰਮ ਹੈਗਾ ਕਿ ਕਿਹੜੇ ਪਰਸਨ ਬਲੱਡ ਡੋਨੇਟ ਕਰ ਸਕਦੇ ਨੇ ਔਰ ਕਿਹੜੇ ਨਹੀਂ ਕਰ ਸਕਦੇ, ਫਿਜ਼ੀਕਲੀ ਹੈਲਥ ਕਿਸ ਬੰਦੇ ਦੀ ਕਿਸ ਤਰ੍ਹਾਂ ਹੈਗੀ ਹੈ, ਕਿਹੜਾ ਬੰਦਾ ਇਹਨੂੰ ਬਲੱਡ ਡੋਨੇਟ ਕਰ ਸਕਦਾ ਔਰ ਕਿਹੜਾ ਨਹੀਂ ਕਰ ਸਕਦਾ, ਔਰ ਅੱਜ ਜਿਹੜੀ ਸਾਡਾ ਅੱਜ ਦਾ ਸਵਾਲ ਹੈਗਾ ਕਿ ਸਾਡੀ ਬੋਡੀ ਵਾਸਤੇ ਬਲੱਡ ਕਿੰਨਾ ਜ਼ਰੂਰੀ ਹੈਗਾ, ਬਲੱਡ ਕਿਸ ਤਰ੍ਹਾਂ ਸਾਡੀ ਬੋਡੀ ਦੇ ਵਿੱਚ ਬਣਦਾ ਹੈ, ਅਗਰ ਤੁਸੀਂ ਬਲੱਡ ਇੱਕ ਵਾਰੀ ਦੇ ਦਿੱਤਾ ਹੈਗਾ ਤਾਂ ਦੁਬਾਰਾ ਤੋਂ ਡੋਨੇਟ ਕਦੋਂ ਕਰ ਸਕਦੇ ਹੋ ਔਰ ਕਿਹੜੀ ਕਿਹੜੀ ਬਿਮਾਰੀਆਂ ਤੋਂ ਸਾਨੂੰ ਜਿਹੜਾ ਬਲੱਡ ਬਚਾਉਂਦਾ ਜੇ ਤੁਸੀਂ ਬਲੱਡ ਦਿੰਦੇ ਹੈਗੇ ਹੋ, ਯਾਨੀ ਕਿ ਡੋਨੇਟ ਕਰਦੇ ਹੈਗੇ ਹੋ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲੀ ਗੱਲ ਹੈ ਕਿ ਸਾਡੀ ਬੋਡੀ ਵਾਸਤੇ ਬਲੱਡ ਕਿੰਨਾ ਜ਼ਰੂਰੀ ਹੈ? ਸਰ, ਸਾਡੀ ਬੋਡੀ ਵਿੱਚ ਵਾਸਤੇ ਬਲੱਡ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਸਾਡੀ ਬੋਡੀ 'ਚ ਬਲੱਡ ਨਹੀਂ ਹੋਏਗਾ ਤਾਂ ਅਸੀਂ ਪ੍ਰੋਪਰਲੀ ਵਰਕ ਨਹੀਂ ਕਰ ਸਕਾਂਗੇ, ਸਾਨੂੰ ਹਰ ਟਾਈਮ ਥਕਾਵਟ ਫੀਲ ਹੋਏਗੀ, ਅਸੀਂ ਮੀਨਸ ਕਿ ਪ੍ਰੋਪਰਲੀ ਵਾਕ ਵੀ ਨਹੀਂ ਕਰ ਸਕਾਂਗੇ, ਠੀਕ ਹੈ। ਇਸ ਲਈ ਸਾਨੂੰ ਬਲੱਡ ਆਪਣੀ ਬੋਡੀ 'ਚ ਪੂਰਾ ਬਲੱਡ ਰੱਖਣਾ ਚਾਹੀਦਾ, ਤਾਂ ਜੋ ਆਪਾਂ ਪ੍ਰੋਪਰ ਡਾਇਟ ਲੈਣੀ ਚਾਹੀਦੀ ਹੈ, ਉਹਦੇ ਲਈ ਸਾਨੂੰ ਮੀਨਸ ਕਿ ਉਹਦੇ ਲਈ ਸਾਨੂੰ ਨਿਊਟ੍ਰੀਟਿਵ ਡਾਇਟ ਲੈਣੀ ਚਾਹੀਦੀ ਹੈ, ਜੋ ਪੰਜਾਬ ਦੇ ਲੋਕਾਂ ਦੀ ਡਾਇਟ ਪਹਿਲਾਂ ਹੀ ਤੁਹਾਨੂੰ ਪਤਾ ਕਿੰਨੀ ਵਧੀਆ ਹੈਗੀ ਹੈ, ਜਿੱਦਾਂ ਉਹ ਦਹੀਂ ਮੱਖਣ ਘਿਓ ਹਰ ਟਾਈਮ ਖਾਂਦੇ ਰਹਿੰਦੇ ਆ, ਅਤੇ ਸਾਨੂੰ ਮੀਨਸ ਕਿ ਸਾਰੀਆਂ ਫਾਸਟ ਫੂਡ ਛੱਡ ਕੇ ਪੰਜਾਬੀ ਜੋ ਪੰਜਾਬ ਦੀ ਡਾਇਟ ਆ ਉਹ ਸਾਨੂੰ ਲੈਣੀ ਚਾਹੀਦੀ ਹੈ। ਮੈਮ, ਬਲੱਡ ਕਿਸ ਤਰ੍ਹਾਂ ਸਾਡੀ ਬੋਡੀ ਦੇ ਵਿੱਚ ਬਣਦਾ ਹੈਗਾ? ਬਲੱਡ ਬਣਨੀ ਸੀ ਸਾਨੂੰ ਜਿੱਦਾਂ ਪ੍ਰੋਪਰਲੀ ਡਾਇਟ ਲੈਣੀ ਚਾਹੀਦੀ ਹੈ, ਜਿੱਦਾਂ ਪੰਜਾਬ ਦੀ ਡਾਇਟ ਜਿੱਦਾਂ ਕਿ ਮੱਖਣ ਘਿਓ ਦਹੀਂ ਸਾਨੂੰ ਡੇਲੀ ਲੈਣਾ ਚਾਹੀਦਾ, ਉਹਦੇ ਨਾਲ ਨਾਲ ਸਾਨੂੰ ਜਿੱਦਾਂ ਚਣੇ ਕਾਲੇ ਚਣੇ ਨੇ ਉਹਨਾਂ ਦਾ ਸੂਪ ਪੀਣਾ ਚਾਹੀਦਾ ਵਾ, ਡੇਲੀ ਰੋਟੀ ਸ਼ਾਮ ਨੂੰ ਗੁੜ ਲੈ ਸਕਦੇ, ਉਹਦੇ ਨਾਲ ਆਪਣਾ ਖੂਨ ਬਹੁਤ ਜ਼ਿਆਦਾ ਇੰਪਰੂਵ ਹੁੰਦਾ, ਉਹ 'ਚ ਆਇਰਨ ਆਪਣੀ ਬੋਡੀ ਦੇ ਵਿੱਚ ਆਉਂਦਾ ਵਾ, ਇਸ ਮੀਨਸ ਕਿ ਸਾਨੂੰ ਇਹ ਡਾਇਟ ਡੇਲੀ ਰੂਟੀਨ ਦੇ ਵਿੱਚ ਹੀ ਐਡ ਕਰਨੀ ਚਾਹੀਦੀ ਹੈ। ਅੱਛਾ, ਜਿਸ ਤਰ੍ਹਾਂ ਤੁਸੀਂ 1 ਸਾਲ ਤੋਂ ਬਲੱਡ ਬੈਂਕ ਦੇ ਨਾਲ ਜੁੜੇ ਹੋਏ ਹੋ, ਤਕਰੀਬਨ ਤੁਸੀਂ ਇੱਕ ਬਲੱਡ ਡੋਨਰ ਤੋਂ ਪਹਿਲਾਂ ਉਹਦੇ ਟੈਸਟ ਲੈਂਦੇ ਹੋ, ਕਿਹੜੇ ਕਿਹੜੇ ਟੈਸਟ ਹੁੰਦੇ? ਸਰ, ਜਿੱਦਾਂ ਬਲੱਡ ਡੋਨੇਟ ਕਰਨ ਤੋਂ ਪਹਿਲਾਂ ਅਸੀਂ ਐਚ ਵੀ ਚੈੱਕ ਕਰਦੇ ਹਾਂ, ਵੇਟ ਚੈੱਕ ਕਰਦੇ ਹਾਂ ਉਹਨਾਂ ਦਾ, ਜਿੱਦਾਂ ਮੇਲਸ ਦਾ 12.5 ਤੋਂ ਅਸੀਂ ਲੈ ਸਕਦੇ ਹਾਂ ਬਲੱਡ, ਔਰ ਫੀਮੇਲਸ ਦਾ 13 ਤੋਂ ਲੈ ਰਹੇ ਹਾਂ, ਮੀਨਸ ਕਿ ਜਿੱਦਾਂ ਫੀਮੇਲਸ ਦਾ ਮੋਸਟ ਆਫ ਚੈੱਕ ਕਰਨ ਤੋਂ ਪਹਿਲਾਂ ਹੀ ਚੈੱਕਰ ਤੋਂ ਬਿਨਾਂ ਨਹੀਂ ਲੈ ਸਕਦੇ, ਕਿਉਂਕਿ ਜੇ ਉਹਨਾਂ ਦੇ ਵਿੱਚ ਐਚ ਬੀ ਘੱਟ ਆ ਤਾਂ ਉਹਨਾਂ ਨੂੰ ਚੱਕਰ ਆ ਸਕਦੇ ਨੇ, ਘਬਰਾਹਟ ਹੋ ਸਕਦੀ ਆ, ਮੀਨਸ ਕਿ ਸਵੈਟਿੰਗ ਹੋਣ ਲੱਗ ਜਾਂਦੀ ਆ ਮੋਸਟ ਆਫ ਪੇਸ਼ੈਂਟਸ ਨੂੰ, ਇਸ ਲਈ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਚੈੱਕ ਕਰਨਾ ਜ਼ਰੂਰੀ ਆ, ਉਹਦੇ ਲਈ ਉਹਨਾਂ ਦਾ ਬੀ ਪੀ ਚੈੱਕ ਕਰਦੇ ਹਾਂ, ਉਹਨਾਂ ਦਾ ਵੇਟ ਚੈੱਕ ਕਰਦੇ ਹਾਂ, ਔਰ ਮੀਨਸ ਕਿ ਐਚ ਬੀ ਆਪਾਂ ਚੈੱਕ ਕਰਦੇ ਹਾਂ, ਔਰ ਫਿਜ਼ੀਕਲੀ ਮੀਨਸ ਕਿ ਜਿਵੇਂ ਉਹਨਾਂ ਦੀ ਹਿਸਟਰੀ ਪ੍ਰੋਪਰ ਲੈਂਦੇ ਹਾਂ, ਉਹਨਾਂ ਨੇ ਖਾਣਾ ਖਾਧਾ ਹੋਇਆ ਕਿ ਨਹੀਂ ਖਾਧਾ, ਪ੍ਰੋਪਰਲੀ ਸੋਏ ਨੇ ਕਿ ਨਹੀਂ ਸੋਏ, ਉਹਨਾਂ ਨੇ 3 ਮਹੀਨੇ ਪਹਿਲਾਂ ਡੋਨੇਟ ਕੀਤਾ ਜਾਂ ਨਹੀਂ ਕੀਤਾ ਬਲੱਡ, ਜੇ ਕੋਈ ਟੈਟੂ ਵਗੈਰਾ ਬਣਿਆ ਵਾ ਤਾਂ 6 ਮਹੀਨੇ ਆਪਾਂ ਬਲੱਡ ਨਹੀਂ ਲੈ ਸਕਦੇ ਹੈਗੇ, ਉਸ ਤੋਂ ਬਿਨਾਂ ਸਰ ਉਹਨਾਂ ਨੂੰ ਆਪਾਂ ਜਿੱਦਾਂ ਕੋਈ ਫੀਮੇਲਸ ਨੇ ਉਹਨਾਂ ਨੂੰ ਪੁੱਛਣਾ ਕਿ ਉਹਨਾਂ ਨੂੰ ਪ੍ਰੈਗਨੈਂਸੀ ਵਗੈਰਾ ਕਨਸੀਵ ਨਾ ਹੋਵੇ, ਕਿਉਂਕਿ ਪ੍ਰੈਗਨੈਂਟ ਵੂਮੈਨ ਵੀ ਬਲੱਡ ਡੋਨੇਟ ਨਹੀਂ ਕਰ ਸਕਦੀ ਹੈਗੀ, ਉਹਨਾਂ ਨੂੰ ਮੀਨਸ ਕਿ ਬਿਨਾਂ ਹਿਸਟਰੀ ਤੋਂ ਆਪਾਂ ਬਲੱਡ ਨਹੀਂ ਲੈ ਸਕਦੇ ਹੈਗੇ ਇਹਨਾਂ ਦਾ। ਇੱਕ ਸਵਾਲ ਹੋਰ ਮੈਮ ਜਾਗਿਆ ਕਿ ਕਿਹੜੇ ਪਰਸਨ ਜਿਹੜੇ ਨੇ ਤੁਸੀਂ ਬਲੱਡ ਵਾਸਤੇ ਜਿਹਨਾਂ ਨੂੰ ਮਨਾ ਕਰ ਦਿੰਦੇ ਹੋ ਕਿ ਸੋਰੀ ਸਰ ਜਾਂ ਸੋਰੀ ਮੈਮ ਤੁਸੀਂ ਅਸੀਂ ਤੁਹਾਡਾ ਬਲੱਡ ਨਹੀਂ ਲਵਾਂਗੇ? ਸਰ, ਜਿੱਦਾਂ ਕਿ ਸਾਡੇ ਕੋਲ ਪੇਸ਼ੈਂਟਸ ਡੋਨਰਸ ਆਉਂਦੇ ਆ, ਉਹ ਆਪਣੀ ਹਿਸਟਰੀ ਦੱਸਦੇ ਆ, ਬਟ ਉਹ ਆਪਣੀ ਬਿਮਾਰੀਆਂ ਦਾ ਨਹੀਂ ਦੱਸਦੇ ਹੈਗੇ, ਇਸ ਲਈ ਆਪਾਂ ਉਹਨਾਂ ਤੋਂ ਪਹਿਲਾਂ ਪੁੱਛਦੇ ਹਾਂ ਕੋਈ ਹਾਰਟ ਦੀ ਬਿਮਾਰੀ ਤਾਂ ਨਹੀਂ ਹੈਗੀ, ਕੋਈ ਸ਼ੂਗਰ ਦੀ ਬਿਮਾਰੀ ਵਾਲੇ ਪੇਸ਼ੈਂਟ ਜਿੱਦਾਂ ਬਲੱਡ ਨਹੀਂ ਦੇ ਸਕਦੇ ਹੈਗੇ, ਜਾਂ ਕੋਈ ਸਕਿਨ ਦੀ ਪ੍ਰੋਬਲਮ ਹੋਵੇ ਉਹ ਡੋਨੇਟ ਨਹੀਂ ਕਰ ਸਕਦੇ ਹੈਗੇ, ਜਿੱਦਾਂ ਜਿਹੜੇ ਪੇਸ਼ੈਂਟਸ ਨੂੰ ਜਿੱਦਾਂ ਪਹਿਲਾਂ ਡੋਨੇਟ ਕੀਤਾ ਹੋਵੇ ਉਹਨਾਂ ਦਾ ਕੋਈ ਰੈਕਟਿਵ ਆਇਆ ਹੋਵੇ, ਐਚ ਆਈ ਵੀ ਐਚ ਸੀ ਵੀ, ਉਹ ਡੋਨੇਟ ਨਹੀਂ ਕਰ ਸਕਦੇ ਹੈਗੇ, ਇਹਨਾਂ ਪੇਸ਼ੈਂਟਸ ਨੂੰ ਆਪਾਂ ਮੀਨਸ ਕਿ ਪਰਮਾਨੈਂਟਲੀ ਡੈਫਰ ਕਰ ਦਿੰਦੇ, ਉਹਨਾਂ ਦਾ ਬਲੱਡ ਨਹੀਂ ਲੈਂਦੇ ਹੈਗੇ। ਤੇ ਕਿੰਨੇ ਸਮੇਂ ਦੇ ਵਿੱਚ ਜਿਹੜਾ ਵੈ ਇੱਕ ਪਰਸਨ ਬਲੱਡ ਡੋਨੇਟ ਕਰ ਦਿੰਦਾ, ਕਿੰਨਾ ਪੂਰੇ ਟੈਸਟ ਕਰਵਾ ਕੇ ਬਲੱਡ ਡੋਨੇਟ ਦੇ ਵਿੱਚ ਕਿੰਨਾ ਸਮਾਂ? ਸਰ, ਜਿੱਦਾਂ ਕਿ ਡੋਨਰਸ ਦੀ ਸਕਰੀਨਿੰਗ ਹੁੰਦੀ ਆ, ਜਿੱਦਾਂ 10 ਮਿੰਟਸ ਦੇ ਵਿੱਚ ਸਕਰੀਨਿੰਗ ਹੋ ਜਾਂਦੀ ਆ, ਔਰ ਪੂਰਾ ਜਿਹੜਾ ਪ੍ਰੋਸੀਜਰ ਹੈਗਾ ਵਾ 15 ਤੋਂ 20 ਮਿੰਟਸ ਆ ਵਾ, ਉਹਦੇ ਵਿੱਚ 5 ਤੋਂ 7 ਮਿੰਟ ਡੋਨੇਟ ਕਰਨ ਨੂੰ ਲੱਗਦੇ, ਉਸ ਤੋਂ ਬਾਅਦ ਰੈਸਟ ਲਈ, ਪੇਸ਼ੈਂਟ ਨੂੰ ਰੈਸਟ ਲਈ ਬੋਲਦੇ ਹਾਂ ਆਪਾਂ। ਪਰ ਅਕਸਰ ਦੇਖਿਆ ਜਾਂਦਾ ਕਿ ਜਦੋਂ ਇੱਕ ਪਰਸਨ ਬਲੱਡ ਡੋਨੇਟ ਕਰ ਦਿੰਦਾ ਤਾਂ ਉਹਨੂੰ ਹਮੇਸ਼ਾ ਕੁਝ ਖਾਣ ਪੀਣ ਨੂੰ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ, ਐਪਲ ਹੋ ਗਿਆ, ਬਨਾਨਾ ਹੋ ਗਿਆ, ਦੁੱਧ ਹੋ ਗਿਆ। ਹਾਂਜੀ ਸਰ, ਜਿੱਦਾਂ ਡੋਨੇਟ ਕਰਨ ਤੋਂ ਬਾਅਦ ਪਹਿਲਾਂ ਤਾਂ ਪ੍ਰੋਪਰਲੀ ਡਾਇਟ ਲਈ ਹੋਣੀ ਚਾਹੀਦੀ ਹੈ ਡੋਨਰ ਨੇ, ਤਾਂ ਹੀ ਉਹ ਡੋਨੇਟ ਕਰ ਸਕਦਾ ਜੇ ਉਹਨੇ ਖਾਣਾ ਖਾਧਾ ਹੋਇਆ, ਇਨ ਕੇਸ ਜੇ ਉਹਨੇ ਖਾਣਾ ਨਹੀਂ ਖਾਧਾ ਤਾਂ ਆਪਾਂ ਉਹਨੂੰ ਡੋਨਰ ਦਾ ਬਲੱਡ ਨਹੀਂ ਲੈਂਦੇ, ਪਹਿਲਾਂ ਉਹਨੂੰ ਕੁਛ ਖਾਣ ਲਈ ਦਿੰਦੇ ਹਾਂ, ਔਰ ਖਾਧੇ ਤੋਂ 4 ਘੰਟੇ ਬਾਅਦ ਹੀ ਡੋਨਰ ਡੋਨੇਟ ਕਰ ਸਕਦਾ ਵਾ ਬਲੱਡ, ਔਰ ਉਸ ਤੋਂ ਬਾਅਦ ਮੀਨਸ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਡੋਨਰ ਨੂੰ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ ਖਾਣ ਵਿੱਚ, ਉਹਨਾਂ ਨੂੰ ਮੀਨਸ ਕਿ ਜੂਸ ਪ੍ਰੋਵਾਈਡ ਕਰਦੇ ਹਾਂ, ਸੈਂਡਵਿਚ ਵਗੈਰਾ ਪ੍ਰੋਵਾਈਡ ਕਰਦੇ ਹਾਂ, ਔਰ ਉਹਨਾਂ ਨੂੰ ਬਨਾਨਾ ਫਰੂਟਸ ਵੀ ਪ੍ਰੋਵਾਈਡ ਕੀਤੇ ਜਾਂਦੇ ਨੇ ਡੋਨਰਸ ਨੂੰ। ਬਿਲਕੁਲ, ਔਰ ਇਹ ਯਾਨੀ ਕਿ ਅਗਰ ਤੁਸੀਂ ਬਲੱਡ ਡੋਨੇਟ ਕਰਨਾ ਤੁਹਾਡਾ ਪ੍ਰੋਪਰ ਬ੍ਰੇਕਫਾਸਟ ਹੋਇਆ ਹੋਣਾ ਚਾਹੀਦਾ, ਤੁਹਾਨੂੰ 2 ਰੋਟੀਆਂ ਜਾਂ ਸਬਜ਼ੀ ਘਰੋਂ ਖਾ ਕੇ ਆਉਣਾ ਚਾਹੀਦਾ, ਉਸ ਤੋਂ 4 ਘੰਟੇ ਬਾਅਦ ਤੁਸੀਂ ਬਲੱਡ ਡੋਨੇਟ ਕਰ। ਹਾਂਜੀ ਸਰ, ਜਿੱਦਾਂ ਪ੍ਰੋਪਰਲੀ ਬ੍ਰੇਕਫਾਸਟ ਵਗੈਰਾ ਕੀਤਾ ਹੋਣਾ ਚਾਹੀਦਾ, ਬਿਨਾਂ ਬ੍ਰੇਕਫਾਸਟ
ਸਰ ਜਿੱਦਾਂ ਜਿਹੜੇ ਜਿਨ੍ਹਾਂ ਦਾ ਮੀਨਸ ਕਿ ਹਾਈਪਰ ਟੈਂਸ਼ਨ ਦੀ ਪ੍ਰੋਬਲਮ ਹੋਵੇ, ਕੋਲੈਸਟਰੋਲ ਵੱਧਦਾ ਹੋਵੇ, ਯੂਰੀਆ ਵੱਧਦਾ ਹੋਵੇ, ਉਹ ਡੋਨਰਸ ਡੋਨੇਟ ਕਰਦੇ ਨੇ ਬਲੱਡ, ਤਾਂ ਉਹਨਾਂ ਦਾ ਬੀ ਪੀ ਦੀ ਪ੍ਰੋਬਲਮ ਜਿੱਦਾਂ ਉਹ ਸੋਲਵ ਹੋ ਜਾਂਦੀ ਆ, ਬੀ ਪੀ ਵਧਣਾ ਹਟ ਜਾਂਦਾ ਵਾ, ਇਸ ਲਈ ਉਹਨਾਂ ਨੂੰ ਹਰ 3 ਮਹੀਨੇ ਬਾਅਦ ਆਪਣੇ ਬਲੱਡ ਦਾ ਸਰਕੂਲੇਸ਼ਨ ਬਣਾਉਣ ਲਈ ਡੋਨੇਟ ਕਰਦੇ ਰਹਿਣਾ ਚਾਹੀਦਾ ਵਾ। ਇਸ ਨਾਲ ਬਲੱਡ ਡੋਨੇਟ ਕਰਨਾ ਜਿੱਦਾਂ ਤੁਸੀਂ ਡੋਨੇਟ ਵੀ ਕਰਦੇ ਰਹੋਗੇ ਅਤੇ ਦੂਸਰਿਆਂ ਦੀ ਹੈਲਪ ਵੀ ਹੋਏਗੀ, ਅਤੇ ਜਿੱਦਾਂ ਅੱਜ ਦੇ ਟਾਈਮ ਦੇ ਵਿੱਚ ਬਲੱਡ ਦੀ ਬਹੁਤ ਜ਼ਿਆਦਾ ਨੀਡ ਆ ਹਰ ਇੱਕ ਹੋਸਪਿਟਲ 'ਚ, ਹਰ ਇੱਕ ਬੰਦੇ ਨੂੰ ਐਸ ਡੀ ਪੀ ਦੀ ਜ਼ਰੂਰਤ ਆ, ਆਰ ਡੀ ਪੀ ਦੀ ਜ਼ਰੂਰਤ ਆ, ਐੱਫ ਐੱਫ ਪੀ ਦੀ ਜ਼ਰੂਰਤ ਆ, ਜੋ ਕਿ ਕੰਪੋਨੈਂਟ ਨੇ ਬਲੱਡ ਦੇ ਜੀ। ਅਤੇ ਜਿਹੜੇ ਤੁਸੀਂ ਬਲੱਡ ਲੈ ਕੇ ਜਾਂਦੇ ਹੈਗੇ ਇੱਥੋਂ ਦੀ, ਕਿੱਦਾਂ ਸੇਫਟੀ ਕਿੱਦਾਂ ਰੱਖਦੇ ਹੁੰਦੇ ਸਰ? ਜਿੱਦਾਂ ਇੱਥੋਂ ਬਲੱਡ ਅਸੀਂ ਡੋਨਰ ਦਾ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਮੀਨਸ ਕਿ ਡੋਨਰ ਨੂੰ ਬਲੱਡ ਨੂੰ ਸਾਰਿਆਂ ਨੂੰ ਟੈਸਟ ਲਗਾਉਂਦੇ ਹਾਂ, ਟੈਸਟ ਲਗਾਉਣ ਤੋਂ ਬਾਅਦ ਉਹਨਾਂ ਨੂੰ ਪ੍ਰੋਪਰਲੀ ਪ੍ਰਜ਼ਰਵ ਕਰਦੇ ਹਾਂ ਟੈਂਪਰੇਚਰ 'ਤੇ, ਔਰ ਜਿੱਦਾਂ ਇਹਦੇ ਕੰਪੋਨੈਂਟ ਬਣਦੇ ਨੇ, ਕੰਪੋਨੈਂਟ ਦੇ ਵਿੱਚ ਐੱਫ ਐੱਫ ਪੀ ਔਰ ਆਰ ਡੀ ਪੀ ਬਣਦੇ ਆ, ਉਹ ਵੀ ਮੀਨਸ ਕਿ ਫਰੈਸ਼ ਫਰੋਜ਼ਨ ਪਲਾਜ਼ਮਾ ਔਰ ਆਰ ਡੀ ਪੀ ਪਲੇਟਲੈਟ ਹੁੰਦੇ ਆ, ਜੋ ਕਿ ਅੱਜ ਦੇ ਸਮੇਂ ਇਸ ਮੌਸਮ ਵਿੱਚ ਜਿੱਦਾਂ ਡੇਂਗੂ ਦਾ ਸੀਜ਼ਨ ਚੱਲ ਰਿਹਾ ਵਾ, ਡੇਂਗੂ ਸੀਜ਼ਨ ਵਿੱਚ ਜ਼ਿਆਦਾਤਰ ਲੋਕਾਂ ਨੂੰ ਪਲੇਟਲੈਟ ਦੀ ਜ਼ਰੂਰਤ ਪੈਂਦੀ ਆ। ਅਤੇ ਮੈਮ ਮੇਰਾ ਆਖਰੀ ਸਵਾਲ, ਜਾਣਦੇ ਹਾਂ ਤਾਂ ਸਾਡੇ ਦੇਸ਼ ਦੇ ਦਰਸ਼ਕਾਂ ਨੂੰ ਕੀ ਕਹੋਗੇ? ਮੀਨਸ ਕਿ ਜ਼ਿਆਦਾ ਤੋਂ ਜ਼ਿਆਦਾ ਡੋਨੇਟ ਕਰੋਗੇ ਤਾਂ ਹੀ ਹੋਸਪਿਟਲ ਦੇ ਸਾਰੇ ਮੀਨਸ ਕਿ ਪੇਸ਼ੈਂਟਸ ਨੂੰ ਆਪਾਂ ਹੈਲਪ ਕਰ ਸਕਦੇ ਹਾਂ। ਸੋ ਸਾਰਿਆਂ ਨੂੰ ਡੋਨੇਟ ਕਰਨਾ ਚਾਹੀਦਾ ਬਲੱਡ, ਹੈਲਦੀ ਲਾਈਫ ਨੂੰ ਰੱਖਣ ਲਈ ਆਪਾਂ ਨੂੰ ਬਲੱਡ ਡੋਨੇਸ਼ਨ ਜ਼ਰੂਰੀ ਹੈ। ਥੈਂਕ ਯੂ ਸੋ ਮਚ। ਬਹੁਤ ਸਾਰੀ ਮੇਨ ਇਨਫੋਰਮੇਸ਼ਨ ਜਿਹੜੀ ਮੈਡਮ ਦਿੱਤੀ ਹੈਗੀ ਹੈ ਕਿ ਅਗਰ ਤੁਹਾਡਾ ਕੋਲੈਸਟ੍ਰੋਲ ਲੈਵਲ ਵਧਿਆ ਹੋਇਆ ਹੈ, ਯੂਰਿਕ ਐਸਿਡ ਵਧਿਆ ਹੋਇਆ ਹੈ, ਤਾਂ ਅਗਰ ਤੁਸੀਂ ਬਲੱਡ ਡੋਨੇਟ ਕਰਦੇ ਹੋ ਤਾਂ ਬਹੁਤ ਹੀ ਆਸਾਨੀ ਨਾਲ ਚੀਜ਼ਾਂ ਘੱਟ ਜਾਂਦੀਆਂ, ਕਿਉਂਕਿ ਕੋਲੈਸਟ੍ਰੋਲ ਲੈਵਲ ਨੂੰ ਅਗਰ ਤੁਸੀਂ ਭੱਜ ਕੇ ਘਟਾਓਗੇ ਜਾਂ ਰਨ ਕਰਕੇ ਘਟਾਓਗੇ ਤਕਰੀਬਨ ਤੁਹਾਨੂੰ 3 ਮਹੀਨੇ ਦਾ ਵਕਤ ਲੱਗ ਜਾਂਦਾ, ਲੇਕਿਨ 20 ਮਿੰਟ ਦੇ ਵਿੱਚ ਅਗਰ ਇਹ ਚੀਜ਼ਾਂ ਤੁਹਾਡੀਆਂ ਸਮਾਪਤ ਹੁੰਦੀਆਂ ਨੇ ਤੁਹਾਡੀ ਬੋਡੀ ਤੋਂ, ਤਾਂ ਤੁਹਾਨੂੰ ਇਹ ਜ਼ਰੂਰ ਡੋਨੇਟ ਕਰਨਾ ਚਾਹੀਦਾ। ਉਹ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਮਾਨਵਤਾ ਦੀ ਸੇਵਾ ਤੋਂ ਉੱਤੋਂ ਹੋਰ ਕੋਈ ਵੀ ਚੀਜ਼ ਨਹੀਂ ਹੈਗੀ। ਸੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਧਿਆਨ ਰੱਖੋ, ਮੇਰੇ ਛੋਟੇ ਭੈਣ ਭਰਾ ਦੇ ਪੜ੍ਹਦੇ ਲਿਖਦੇ ਰਹਿਣ, ਕਿਉਂਕਿ ਪੜ੍ਹੇਗਾ ਇੰਡੀਆ ਤੋਂ ਅੱਗੇ ਬੜੇਗਾ ਇੰਡੀਆ। ਸੋ ਕੈਮਰਾ ਪਰਸਨ ਬੀ ਮਨਜੀਤ ਦੇ ਨਾਲ ਹਰਦੀਪ, ਤੁਹਾਨੂੰ ਦਿਓ ਇਜਾਜ਼ਤ। ਧੰਨਵਾਦ।